दिता दर्द संताली ने आन जेड़ा तरले लख कीते नहीं भुलदा आए सुखी वसदियां करां नूं अग लगी रिया जूना किसे ना मुलदाए ते सज्जन विछड़े चखड़ आन विछोड़ियां चुलदा आए लखां देस एहसान जहान अंदर केड़ा होर पंजाब दे तुलदाए पूरे जग विच वसदे होए पंजाबी प्यारियो असी अज तुहानू लै के आए हैं तहसील जहानिया जिला खानेवाल दे चक 136 10 आर दे विच साढ़े कोल इत्थे बजुर्ग ने असी इत्थों 47 तो पहला जिहड़े खानदान सन इत्थे सिखां दे उहनां दे बारे च इहनां नाल गल करांगे ते बजुर्गो तुहाडा नाम की है ऐश मुहम्मद ऐश मुहम्मद ते वालद साहब दा नाम चौधरी हबीब अच्छा ते तुसी शुरू तो इत्थों दे हो या उधरों आए हो नहीं असी इंडिया तों आए अच्छा इंडिया तों आए हो अच्छा इत्थे दसो कि तुसां ये सुनिया होएगा इस चक दे विच शमशेर सिंह नंबरदार ते अगों उहदा पुत्तर सी इंदर सिंह ते अगों उहनां दे पुत्तर सन चार कृपाल सिंह करतार सिंह हरबंस सिंह ते जसवंत सिंह ते इहनां ने इत्थे खूही भी लवाई सी ते इक बोर्ड दे सामने उहनां दा घर सी हां जी बिल्कुल इत्थे उहनां दा सामने फ्रंट वाला घर सी जी 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 ते बोर्ड दे नाल वड्डा खूह सी पूरे पिंड दा जी 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 इक खूही अगले महल्ले च सी ओह छोटी सी उत्थे जिहड़े 7-8 घर मुसलमानां दे वाल दे नाल उत्थों कमी लै के आए सी जी जी लोहार तरखान टोपी वगैरा जी जी ओह उहनां दे घरां वास्ते उत्थे छोटी जी मस्जिद सी ते उत्थे खूही हैगी हां जी हां जी मैनूं इसे नसल दे सूबेदार टीपी सिंह ने इहनां दे बच्चे अगों उन्होंने दसिया सी कि वह साडे जिहड़े नंबरदार सन परदादा उन्होंने खूही पहला बोर्ड के लागे लवाई तो फिर मुसलमान भी पहला उतों पानी पीते सन फिर उन्होंने कहा कि तुसी इत्थे को केस शेस धोंदे हो तो उहदी वजह नाल मतलब है कि सानू थोड़ा जा ते तुसी मेहरबानी करो सानू वक्री खूही लवा दिओ ते फिर उन्होंने साडे दा वो वक्री खूही जिहड़ी है मुसलमाना वास्ते बना के दित्ती ते होर तुसी उन्होंने बारे च कोई गल्लां दस रहे तुसां ते बाहर उधरों आए हो ते तुसां को सुनिया उहनां दा इत्थे लोग 5-7 घर जिहड़े ओह कमियां दे इत्थे बच गए सी ना जी 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 ओह बुजुर्ग गल्लां सुणांदे हुंदे सी कि भी इह जिहड़ा आदमी नंबरदार सी ना नंबरदार वी सी सूबेदार वी हां जी हां जी हां जी ਇਹ ਬੰਦਾ ਬਹੁਤ ਅੱਛਾ ਸੀ ਇਨਸਾਫ ਪਸੰਦ ਆਦਮੀ ਸੀ ਸਾਡੇ ਨਾਲ ਜੇ ਕੋਈ ਵਾਅਦਾ ਘਾਟਾ ਹੁੰਦਾ ਉਹ ਬਰਾਬਰ ਕਰ ਦਿੰਦਾ ਸੀ ਵਾਹ 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 ਹਾਂ ਉਹ ਬੰਦਾ ਬਣਾ ਹੈ ਤੀ ਅੱਛਾ ਸੀ ਔਰ ਪਿੰਡ ਵਾਲੇ ਵੀ ਉਹਦੀ ਸਾਰੇ ਮੰਨਦੇ ਸੀ ਵਾਹ 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 ਚਾਹੇ ਉਹ ਸਰਦਾਰ ਲੋਕ ਸਨ ਤੇ ਚਾਹੇ ਉਹ ਜਿਹੜੇ ਆ ਉਹਨਾਂ ਦੇ ਨਾਲ ਆਏ ਸੀ ਬਹਰਹਾਲ ਉਹਨਾਂ ਨਾਲ ਕਿਸੇ ਸਰਦਾਰ ਨੂੰ ਜ਼ਿਆਦਤੀ ਨਹੀਂ ਉਹ ਕਰਨ ਦਿੰਦਾ ਸੀ ਜੀ ਜੀ ਜੀ
ਅੱਛਾ ਤੇ ਹੋਰ ਵੀ ਇੱਥੇ ਸਰਦਾਰਾਂ ਦੇ ਟੱਬਰ ਹੈ ਸਨ ਇਸ ਪਿੰਡ ਚ ਸਾਰੇ ਪਿੰਡ ਸਰਦਾਰਾਂ ਦਾ ਸੀ ਅੱਛਾ ਟੋਟਲ ਪਿੰਡ ਹੀ ਸਰਦਾਰਾਂ ਦਾ ਸਰਦਾਰਾਂ ਦਾ ਸੀ ਅੱਛਾ 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 ਤੇ ਇਹਨਾਂ ਦੀ ਜ਼ਾਤ ਦਾ ਪਤਾ ਹੈ ਤੁਹਾਨੂੰ ਕੀ ਸੀ ਨਹੀਂ ਜ਼ਾਤ ਦਾ ਨਹੀਂ ਜੀ ਸਾਨੂੰ ਅੱਛਾ 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 ਤੇ ਇਹਦਾ ਮਤਲਬ ਹੈ ਸਾਰਾ ਪਿੰਡ ਹੀ ਸਰਦਾਰਾਂ ਦਾ ਸਿੱਖਾਂ ਦਾ ਹੀ ਸੀ ਸਾਰਾ ਪਿੰਡ ਹੀ ਠੀਕ ਹੈ ਠੀਕ ਹੈ ਪਿੰਡ ਦਾ ਜਿਹੜਾ ਵਜੂਦ ਹੈ ਕਿੰਨੇ ਥਾਂ 'ਚ ਇਹ ਚੌਧਰੀ ਸਾਹਿਬ ਜਦੋਂ ਸਨ 47 'ਚ ਅਸੀਂ ਲੋਕ ਆਏ ਨਾ ਜੀ ਜੀ ਉਸ ਵੇਲੇ ਤਾਂ ਹੈਗਾ ਸੀ 1.5-2 ਮਰਬਿਆਂ 'ਚ ਅੱਛਾ ਅੱਛਾ ਹੁਣ ਇਹ ਮਾਸ਼ਾਅੱਲਾ 4 ਮਰਬਿਆਂ 'ਚ ਯਾਨੀ ਬਹੁਤ ਵੱਡਾ ਪਿੰਡ ਹੈ ਬਹੁਤ ਵੱਡਾ ਪਿੰਡ ਬਣ ਗਿਆ ਹੁਣ ਤਾਂ ਬਲਕਿ 4 ਮਰਬਿਆਂ ਤੋਂ ਬਾਹਰ ਜ਼ਰੀ ਰਾਜ਼ੀ 'ਚ ਵੀ ਲੋਕ ਘਰ ਬਣਾਈ ਜਾਂਦੇ ਨੇ ਜਗ੍ਹਾ ਖਰੀਦ ਖਰੀਦ ਕੇ ਅੱਛਾ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਉੱਥੋਂ ਆਏ ਇੰਡੀਆ ਤੋਂ ਅਸੀਂ ਆਏ ਹਾਂ ਜੀ ਸਾਡਾ ਪਿੰਡ ਸੀ ਬੈਦਵਾਲਾ ਅੱਛਾ ਤਹਿਸੀਲ ਸਰਸਾ ਅੱਛਾ ਜ਼ਿਲ੍ਹਾ ਹਿਸਾਰ ਅੱਛਾ ਜ਼ਿਲ੍ਹਾ ਹਿਸਾਰ ਚੋਂ ਤੁਸੀਂ ਆਏ ਹਾਂ ਤੇ ਉਹ ਸਾਰੇ ਉਹ ਉੱਥੇ ਹੀ ਕਪੂਰਥਲੇ ਅੱਜ ਕੱਲ੍ਹ ਇਹ ਗਏ ਨੇ ਇਹ ਜਿਹੜਾ ਸੂਬੇਦਾਰ ਟੀ ਪੀ ਸਿੰਘ ਜੀ ਇਹ ਉਹ ਵੀ ਉਹ ਕਪੂਰਥਲਾ ਲਾਗੇ ਹੀ ਉੱਥੇ ਹਿਸਾਰ ਦੇ ਮੇਰਾ ਖਿਆਲ ਹੈ ਹੋਵੇਗਾ ਜੀ ਪਤਾ ਨਹੀਂ ਹਾਂਜੀ ਹਾਂਜੀ ਪਤਾ ਨਹੀਂ ਹਾਂ ਤੇ ਹੋਰ ਇਹਨਾਂ ਦੇ ਬਾਰੇ 'ਚ ਕੋਈ ਗੱਲਬਾਤ ਜਿਹੜੀ ਤੁਸੀਂ ਕੋਈ ਜਾਣਦੇ ਹਾਂ ਜੀ ਇਹ ਆਏ ਸੀ ਜੀ ਉਹ ਕੋਨੇ ਵਾਲੇ ਹਾਤੇ ਵਾਲੇ ਸਰਦਾਰ ਆਏ ਸੀ ਦੋ ਭਾਈ ਜੀ 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 ਉਹ ਦੋਨੋਂ ਜਿਹੜੇ ਸੀ ਉਹ ਉਹਨਾਂ ਨੇ ਪਹਿਲੇ ਬੋਰਡ ਨੂੰ ਬੜੀਆਂ ਜੱਫੀਆਂ ਪਾਈਆਂ ਵਾਹ ਵਾਹ ਤੇ ਰੋਏ ਓਏ ਹੋਏ ਹੋਏ ਤੇ ਫਿਰ ਉਹ ਗਏ ਸੀ ਆਪਣਾ ਘਰ ਦੇਖਣ ਵਾਸਤੇ ਨਾ ਜੀ 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 ਉਹ ਅੱਗੋਂ ਗਰਾਇਆ ਪਿਆ ਸੀ ਦਰਸ ਬਣਨਾ ਸੀ ਉੱਥੇ ਅੱਛਾ ਅੱਛਾ ਚੁੱਕਿਆ ਸੀ ਉਹ ਵਾਪਸ ਆ ਗਏ ਫਿਰ ਇੱਥੇ ਮੇਰੇ ਕੋਲ ਡੇਰੇ 'ਤੇ ਆ ਗਏ ਇੱਕ ਦਾ ਨਾਂ ਤਾਂ ਅਮੀਰ ਸਿੰਘ ਸੀ ਅੱਛਾ 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 ਇੱਕ ਦਾ ਨਾਂ ਦਲਮੀਰ ਸਿੰਘ ਸੀ ਅਜਨਾਲੇ ਦੇ ਨਾਲ ਉਹਨਾਂ ਦਾ ਪਿੰਡ ਸੀ ਉੱਥੇ ਉਹਨਾਂ ਅੱਛਾ ਉੱਥੋਂ ਆਏ ਸਰ ਉੱਥੇ ਉਹਨਾਂ ਦੀ ਰਹਿ ਜੀ 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 ਤੇ ਉਹ ਫਿਰ ਇੱਥੇ 5-7 ਘੰਟੇ ਰਹੇ ਨੇ ਬਿਲਕੁਲ ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਸਰਦਾਰ ਜੀ ਤੁਸੀਂ ਰੋਏ ਬੜੇ ਬੋਰ ਨੂੰ ਜੱਫੀਆਂ ਪਾ ਰਹੇ ਹੋ ਕਹਿਣ ਲੱਗੇ ਸਾਡਾ ਬਾਬਾ ਦਾਦਾ ਜੀ ਕਹਿ ਲਓ ਜੀ ਇਹਨੂੰ ਅਸੀਂ 2-4 ਸਾਲ ਦੇ ਹੁੰਦੇ ਸੀ ਨੰਗ ਤਰੰਗੇ ਸਾਡਾ ਮਾਂ ਪਿਓ ਇੱਥੇ ਛੱਡ ਕੇ ਰਹਿੰਦਾ ਸੀ ਅਸੀਂ ਖੇਡਦੇ ਰਹਿੰਦੇ ਉਹ ਖੇਤਾਂ 'ਚ ਕੰਮ ਕਰਦਾ ਸੀ ਵਾਹ ਤੇ ਸਾਨੂੰ ਅਸੀਂ ਇੱਥੋਂ ਗਏ ਹਾਂ ਇੱਕ ਭਾਈ ਕਹਿਣ ਲੱਗਾ ਮੈਂ 18 ਸਾਲ ਦਾ ਸੀ ਕਹਿਣ ਲੱਗਾ ਮੈਂ 16 ਸਾਲ ਦਾ ਸੀ ਵਾਹ 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 ਉਹ ਕਹਿੰਦੇ ਨੇ ਸਾਨੂੰ ਚੌਧਰੀ ਖੁਸ਼ੀ ਇਹ ਹੋਈ ਕਿ ਵੀ ਜਿਹੜਾ ਇਹ ਬੋਰਡ ਹੈ ਨਾ ਇੱਕ ਤਾਂ ਇਹ ਖੜਾ ਹੈ ਤੇ ਦੂਸਰਾ ਸਾਡਾ ਗੁਰਦੁਆਰਾ ਸੀ ਤੁਸੀਂ ਇਹਨੂੰ ਮਸਜਿਦ ਬਣਾ ਲਿਆ ਇਬਾਦਤਗਾਹ ਦੀ ਜਗ੍ਹਾ ਇਬਾਦਤਗਾਹ ਹਾਂ ਇਹ ਵੀ ਬੜੀ ਅੱਛੀ ਬੜੀ 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 ਅੱਛੀ ਗੱਲ ਹੈ ਇਸ ਵਾਸਤੇ ਵੀ ਜ਼ਾਹਰ ਹੈ ਇੱਥੇ ਉਹ ਗੁਰਦੁਆਰਾ ਰਹਿੰਦਾ ਤੇ ਉਹ ਫਿਰ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਦਾਦਿਆਂ ਦੀਆਂ ਨੇ ਜੀ 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 ਤੇ ਉਹ ਆਏ ਸੀ ਮੈਂ 5-7 ਘੰਟੇ ਇੱਥੇ ਰਹਿਣ ਉਹ ਕਹਿਣ ਲੱਗੇ ਯਾਰ ਮੈਂ ਕਿਹਾ ਯਾਰ ਤੁਹਾਨੂੰ ਖਾਣਾ ਖਿਲਾਉਣਾ ਚਾਹ ਸ਼ਾ ਪਿਲਾਉਣ ਤੋਂ ਬਾਅਦ 2 ਵਜ ਗਿਆ ਸੀ ਉਹ ਮੈਨੂੰ ਕਹਿਣ ਲੱਗੇ ਨਹੀਂ ਜੀ ਖਾਣਾ ਅਸੀਂ ਮੇਤਰਿਓਂ ਖਾ ਲਿਆ ਸੀ ਡਰਦਿਆਂ ਨੇ ਕਿ ਵੀ ਪਤਾ ਨਹੀਂ ਪਿੰਡ ਵਾਲੇ ਸਾਡੇ ਨਾਲ ਕਰਨਗੇ ਕੀ ਜੀ 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 ਕੈਸਾ ਸਲੂਕ ਹੋਵੇਗਾ ਜੇ ਸਾਨੂੰ ਇੱਦਾਂ ਪਤਾ ਹੁੰਦਾ ਵੀ ਤੁਸੀਂ ਆਪਣੇ ਘਰ ਦੇ ਹੀ ਬੰਦੇ ਸਮਝ ਕੇ ਇਤਰਾਮ ਕਰੋਗੇ ਬਿਠਾਓਗੇ ਤੇ ਫਿਰ ਅਸੀਂ ਤੁਹਾਡੇ ਕੋਲ ਖਾ ਲੈਣਾ ਸੀ ਇੱਥੇ ਬੈਠੇ ਫਿਰ ਰਜਨਾਲਿਓਂ ਉਹਨਾਂ ਦੇ ਬੇਟੇ ਦਾ ਫੋਨ ਆਇਆ ਕਿ ਅੱਬਾ ਜੀ ਕਦੋਂ ਆ ਰਹੇ ਹੋ ਉਹਨਾਂ ਨੇ ਕਿਹਾ ਅਸੀਂ ਬੜੇ ਫਖਰ ਨਾਲ ਅਸੀਂ ਯਾਰ ਆਪਣੇ ਪਿੰਡ ਬੈਠੇ ਹਾਂ ਵਾਹ ਵਾਹ ਇੱਥੋਂ ਹੁਣ ਤੁਰਾਂਗੇ ਵਾਹ ਤੇ 11 ਵਜੇ ਵਾਲੀ ਸਮਝੌਤਾ ਤੇ ਬੈਠਾਂਗੇ ਲਾਹੌਰੋਂ ਤੇ ਜਿਸ ਵੇਲੇ ਅਸੀਂ ਨਾਲੇ ਦੇ ਨਜ਼ਦੀਕ ਆਏ ਨਾ ਤੁਹਾਨੂੰ ਫੋਨ ਕਰ ਦਾਂਗੇ ਮੋਟਰਸਾਈਕਲ ਲੈ ਆਇਓ ਸਭ ਕਰ ਲੈ ਬਹੁਤ ਵੇਖੋ ਨਾ ਜੀ ਇਹ ਬੋਰਡ ਜਿਹੜੇ ਨੇ ਸਾਡੇ ਪੰਜਾਬ ਦਾ ਸਰਦਾਰ ਰੁੱਖ ਸੀ ਹਾਂਜੀ ਮੈਂ ਇੱਕ ਦਫਾ 47 ਨੂੰ ਯਾਦ ਕਰਦਿਆਂ ਇੱਕ ਨਜ਼ਮ ਲਿਖੀ ਮੈਨੂੰ ਉਹ ਚੇਤੇ ਆ ਰਹੀ ਹੈ ਤੇ ਉਹਨੂੰ ਮੈਂ ਥੋੜ੍ਹਾ ਜਿਹਾ ਤਬਦੀਲ ਕਰਕੇ ਕਿ ਅੱਜ ਮੈਂ 36 ਚੱਕ ਦੇ ਅੰਦਰ ਆਪਣੇ ਪੜਦਾਦੇ ਦੇ ਹਾਣੀ ਬੋਰਡ ਦੇ ਕੋਲ ਆ ਕੇ ਵੇਖਿਆ ਬੋਰਡ ਪਿਆ ਅੱਜ ਕੂਕਾਂ ਮਾਰੇ ਰੋ ਰੋ ਆਖੇ ਇੱਕ ਵੇਲਾ ਸੀ ਮੇਰੀ ਛਾਂ ਜਦ ਸੰਘਣੀ ਵੀ ਸੀ ਪੋਚੇ ਫਿਰਦੇ ਮੇਰੇ ਹੇਠਾਂ ਝੰਡਾ ਰੋਜ਼ ਸੀ ਝਾੜੂ ਦਿੰਦਾ ਬਾਬਾ ਲਾਲ ਸੀ ਪਰੇ ਸਜਾਂਦਾ ਮੈਂ ਸਾਂ ਧੁੱਪਾਂ ਸਹਿ ਕੇ ਵੱਧਦਾ ਜਾਂਦਾ ਪਿੰਡ ਦੀਆਂ ਧੀਆਂ ਭੈਣਾਂ ਉੱਥੋਂ ਨੀਵੀਂ ਪਾ ਕੇ ਲੰਘਣ ਕੁਝ ਸ਼ਰਮਾਵਣ ਬਹੁਤੀਆਂ ਸੰਘਣ ਫਿਰ ਇੱਕ ਰਾਤੀਂ ਕਹਿਰ ਗਜ਼ਬ ਦੀ ਨੇਰੀ ਝੁੱਲੀ ਕੰਬਣ ਲੱਗ ਪਈ ਕੁੱਲੀ ਜੁੱਲੀ ਵੱਡੇ ਲੋਕ ਛੋਟੇ ਹੋ ਗਏ ਦੇਸ ਪੰਜਾਬ ਦੇ ਟੋਟੇ ਹੋ ਗਏ ਉਦਣ ਸਾਹਮਣੇ ਖੁੱਲ੍ਹ ਕੇ ਰੋਇਆ ਜੱਗ ਦੇ ਦਰਦ ਕੁਕਾਰੇ ਸੁਣ ਕੇ ਅਸਮਾਨਾਂ ਨੇ ਨੀਰ ਵਗਾਏ ਅੱਜ ਮੈਂ ਵੇਨਾ ਮੇਰੇ ਸੁੱਕੇ ਪੱਤਰ ਮੇਰੇ ਹੇਠਾਂ ਖਿਲਰੇ ਕੋਈ ਨਾ ਹੁੰਜੇ ਨਾ ਕੋਈ ਤਖਤ ਪੋਸ਼ ਹੈ ਵਿੱਚ ਦਾ ਨਾ ਹੁਣ ਕੋਈ ਪਰੇ ਸਜਾਂਦਾ ਇਹ ਕੁਝ ਸਭ ਕੁਝ ਵਹਿੰਦਾ ਵਹਿੰਦਾ ਸੁੱਕਦਾ ਜਾਂਦਾ ਹੌਲੀ ਹੌਲੀ ਮੁੱਕਦਾ ਜਾਂਦਾ ਹੌਲੀ ਹੌਲੀ ਮੁੱਕਦਾ ਕਿਆ ਬਾਤ ਹੈ ਸਾਹਿਬ ਟੀ ਪੀ ਸਿੰਘ ਜੀ ਬਹੁਤ ਪਿਆਰ ਵੇਖੋ ਨਾ ਜੀ ਉਹ ਬੰਦਾ ਉੱਥੇ ਜੰਮਿਆ ਔਰ ਉਹ ਸਾਨੂੰ ਰੋਜ਼ ਆਉਂਦਾ ਮੇਰਾ ਚੱਕ 136 ਹਾਲਾਂ ਪੈਦਾ ਵੀ ਉੱਥੇ ਹੋਏ ਉਹਨਾਂ ਦੇ ਪੁਰਖਿਆਂ ਦੀ ਮਿੱਟੀ ਪਿੱਛੇ ਜੇ ਇੱਕ ਬੰਦਾ ਸਾਡਾ ਇੱਥੇ ਆਇਆ ਸਪੈਸ਼ਲ ਇਸ ਪਿੰਡ ਦੀ ਇੱਥੋਂ ਮਿੱਟੀ ਲੈ ਕੇ ਬੋਰਡ ਦੇ ਕੋਲੋਂ ਗਿਆ ਉਹਨੂੰ ਜਾ ਕੇ ਦਿੱਤੀ
ਔਰ ਉਸ ਮਿੱਟੀ ਨੂੰ ਆਂਦਾ ਮੈਂ ਰੋਜ਼ ਸਲਾਮ ਤੇ ਸਤਿਕਾਰ ਕਰਦਾ ਉਸ ਮਿੱਟੀ ਦਾ। ਉਹ ਚੌਧਰੀ ਸਾਹਿਬ ਉਹ ਬੰਦੇ ਨੂੰ ਮੇਰੇ ਪਿੰਡ ਦੀ ਮਿੱਟੀ ਉਸ ਬੰਦੇ ਆਏ ਨੂੰ ਹੋ ਗਿਆ ਕੋਈ 13 ਸਾਲ ਚੌਦਾਂ ਇੱਥੇ ਮੇਰੇ ਕੋਲ ਹੀ ਉਹ ਆਇਆ ਸੀ ਜੀ ਜੀ ਇੱਥੇ ਉਹ ਫੋਟੋ ਵੀ ਉਹਦੇ ਲਵਾ ਕੇ ਉਹਨੂੰ ਦਿੱਤੇ ਸੀ ਉਸ ਵੇਲੇ ਕੁਛ ਹੋਰ ਵੀ ਕਮਰੇ ਪੁਰਾਣੇ ਹੈਗੇ ਸੀ ਉਹਦੇ ਘਰ ਦੇ ਆਪ ਜੀ ਜੀ ਤੇ ਉਹ ਇੱਥੇ ਘੰਟਾ ਕੁ ਲਾ ਕੇ ਨਾ ਤਸਵੀਰਾਂ ਵਗੈਰਾ ਲੈ ਗਿਆ 13 ਸਾਲ ਹੋ ਗਏ ਉਹ ਇੱਕ ਬੰਦਾ ਲੈ ਗਿਆ ਸੀ ਇੱਥੋਂ ਮਿੱਟੀ ਇਸ ਕੋਈ ਸ਼ੱਕ ਵਾਲੀ ਗੱਲ ਜੀ 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 ਜਿਹੜੇ दो सरदार मेरे कोल आए सी ना ओ मंद दे आम उमर सी ते ओ उन्हां ओ कहण लगे जी असीं मंद नूं मिलना है मिस्त्री नूं मैं उन्हां नूं कहा यार गल है भी उन्हूं तां टुरे नूं बड़ी बस ते उहदे बेटे तां है कह लगे चलो यार असि उन्होंने ही मिलाने हाँ। मैं क्या यार तो फिर कोई बंदा भेज दा वो हस के कह लगे क्यों असि नवे आए हैं और असि 18 साल इतने साड़ी उम्र है इन्ना देर इतने रहे हैं इतने खेडे हैं असि कबड्डी खेलते सी गए हैं तो सानू किसी का घर पुछन की जरूरत है मन का घर सानू पता ही उत्थे है वह कल ही गए उत्थे को उन्होंने पेटियां वगैरह वो रख के गए हुए से ਉਹ ਮਨ ਦੇ ਮੁੰਡੇ ਨੇ ਕਿਹਾ ਬਾਬਾ ਦੇ ਵਾਲਦ ਨੇ ਕਿ ਯਾਰ ਨਾ ਇਹ ਤੁਹਾਡਾ ਪਿਆ ਹੈ ਪੇਟੀਆਂ ਉਹਨਾਂ ਨੇ ਕਿਹਾ ਭਾਈ ਅਸੀਂ ਕੀ ਕਰਨੀਆਂ ਨੇ ਅਸੀਂ ਤਾਂ ਮਿਲਣ ਆਏ ਹਾਂ ਤੁਸੀਂ ਮਨ ਦੀ ਔਲਾਦ ਆ ਤੁਹਾਨੂੰ ਮਿਲਣ ਆਏ ਹਾਂ ਹਾਂਜੀ ਤੁਸੀਂ ਮਤਲਬ ਇਹ ਚਲੋ ਉਮਰ ਤੇ ਤੁਹਾਡੀ ਮਤਲਬ ਇਹ ਥੋੜ੍ਹੀ ਹੈ ਲੇਕਿਨ ਇਹ ਵੇ ਕਿ ਜੋ ਇਸ ਪਿੰਡ ਦੇ ਬਾਰੇ ਜੀਆਂ ਜੋ ਸਿੱਖ ਫੈਮਲੀਆਂ ਦੇ ਜਾਂ ਜਿਹੜੀ ਇਹਨਾਂ ਦੀ ਆਪਸੀ ਸਾਂਝ ਸੀ ਉਹਦੇ ਬਾਰੇ ਤੁਸੀਂ ਕੋਈ ਗੱਲਾਂ ਸੁਣੀਆਂ ਹੋਣਗੀਆਂ ਜੀ ਜੀ ਤੇ ਉਹ ਦੱਸੋ ਸਾਨੂੰ 36 ਦੇ ਬਾਰੇ 'ਚ ਬਾਜਵਾ ਸਾਹਿਬ ਅਤੇ ਚੌਰ ਸਾਹਿਬ ਨੇ ਸਾਡੇ ਚਾਚਾ ਵੀ ਨੇ ਮੋਹਤਰਮ ਨੇ ਸਾਡੇ ਜੀ ਜੀ ਤੇ ਮੇਰਾ ਅਸਲ ਪਿੰਡ ਹੈ 37 ਅੱਛਾ 36 ਤੇ 37 ਜੀ ਹਾਂਜੀ ਮਤਲਬ ਉੱਥੇ 37 ਦੇ ਬਾਰੇ 'ਚ ਮਤਲਬ ਉੱਥੇ ਵੀ ਸਾਡੇ ਦੋ ਖੂਹੀਆਂ ਹੁੰਦੀਆਂ ਸਨ ਸਾਡੇ ਸਮਝ ਲਓ ਕਿ ਆਪਣੇ ਸਾਹਮਣੇ ਨਜ਼ਰਾਂ ਦੇ ਉਹ ਬੰਦ ਹੋ ਗਈਆਂ ਜਿਵੇਂ ਆਹ ਸੀ ਖੂਹ ਸੀ ਇਹ ਵੀ ਬੰਦ ਹੋ ਗਿਆ ਜੀ 36 ਵਾਲੇ ਅਤੇ 37 ਵਾਲੇ ਕੌਡੀ ਖੇਡਦੇ ਹੁੰਦੇ ਸਨ ਆਪਸ ਦੇ ਵਿੱਚ ਨਾ ਜੀ ਅਤੇ ਅਕਸਰ ਹੀ ਜਿਹੜਾ ਨਾ 37 ਵਾਲੇ ਜਿੱਤ ਜਾਂਦੇ ਸੀ ਹਾਂਜੀ ਵਾਹ ਵਾਹ ਹਾਂਜੀ ਹਾਂਜੀ ਮਤਲਬ ਘੱਟ ਹੀ ਜਿਹੜਾ ਸੀ ਹੁੰਦਾ ਚਾਚੀ ਇਸ ਤਰ੍ਹਾਂ ਹੀ ਹੈ ਨਾ ਜੀ ਹਾਂਜੀ ਪਲੇਅਰ ਸਾਰੇ ਹੁੰਦੇ ਸਾਡੇ ਲੇਕਿਨ ਫਤਿਹ ਜਿਹੜਾ ਨਾ ਮਾਸ਼ਾਅੱਲਾ 37 ਚੱਕ ਉਹ ਜਿਹੜਾ ਨਾ ਸਬੱਬ ਬਣਿਆ ਜੀ ਚੌਰੀ ਇਸ਼ਤਿਆਕ ਕਾਲੋਂ ਸਾਹਿਬ ਜੀ ਅਤੇ ਉਹਨਾਂ ਹੀ ਸਾਨੂੰ ਮਤਲਬ ਕੁਨੈਕਟ ਕੀਤਾ ਸਾਰਿਆਂ ਨੂੰ ਅਤੇ ਅਸੀਂ ਇਸ ਮਤਲਬ ਸਾਡਾ ਜਿਹੜਾ ਅੱਜ ਦੀ ਮੀਟਿੰਗ ਹੈ ਜਾਂ ਬੈਠਣਾ ਸਾਡਾ ਅਤੇ ਇਹਨਾਂ ਦੇ ਨਾਂ ਹੈ ਜੀ ਲਓ ਜੀ ਇਹਦੇ ਨਾਲ ਹੀ ਸਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜੀ